subscribe to our YouTube channel. Press the bell icon to get the latest updates. ਪਗਵਾੜਾ ਸ਼ਹਿਰ ਦੇ ਅਮਨਨਗਰ ਇਲਾਕੇ ਵਿੱਚ ਨਿਹੰਗ ਸਿੰਘ ਵੱਲੋਂ ਪਤੀ ਪਤਨੀ ਨੂੰ ਦਿਨ ਦਿਹਾੜੇ ਕੀਤਾ ਗਿਆ ਅਗਵਾ। ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ 'ਚ ਕੈਦ, ਪੁਲਿਸ ਵੱਲੋਂ ਜਾਂਚ ਜਾਰੀ। ਕਪੂਰਥਲਾ ਅਧੀਨ ਆਉਂਦੇ ਫਗਵਾੜਾ ਸ਼ਹਿਰ ਦੇ ਅਮਨ ਨਗਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਪਤੀ ਪਤਨੀ ਨੂੰ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਨਿਹੰਗ ਸਿੰਘ ਅਤੇ ਕੁਝ ਹੋਰ ਲੋਕਾਂ ਵੱਲੋਂ ਮਾਰਕੁੱਟ ਕਰਨ ਤੋਂ ਬਾਅਦ ਅਗਵਾ ਕਰ ਲਿਆ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਪੁਲਿਸ ਦੇ SHO ਅਮਨਦੀਪ ਨਾਹਰ ਵੱਲੋਂ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਘਰ ਵਿੱਚ ਕੇਅਰਟੇਕਰ ਗੁਲਜ਼ਾਰ ਸਿੰਘ ਤੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ ਕਿ ਕੋਠੀ ਵਿੱਚ 4 ਦਿਨ ਪਹਿਲਾਂ ਚੋਰੀ ਹੋਈ ਸੀ ਜਿਸ ਵਿੱਚ ਚੋਰਾਂ ਦੀ ਪਹਿਚਾਣ ਕਰ ਲਈ ਗਈ ਸੀ ਅਤੇ ਉਹਨਾਂ ਲੋਕਾਂ ਵੱਲੋਂ ਹੀ ਘਰ ਵਿੱਚ ਦਾਖਲ ਹੋ ਕੇ ਸੋਨੂ ਅਤੇ ਉਸ ਦੀ ਪਤਨੀ ਜੋਤੀ ਦੀ ਮਾਰਕੁੱਟ ਕੀਤੀ ਗਈ ਅਤੇ ਅਗਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਘਟਨਾ ਦੀ CCTV ਫੁਟੇਜ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਨਿਹੰਗ ਸਿੰਘ ਦੀਵਾਰ ਦੇ ਉੱਪਰ ਚੜ੍ਹ ਕੇ ਕੋਠੀ ਦੀ ਦੂਸਰੀ ਮੰਜ਼ਿਲ ਤੇ ਜਾਂਦਾ ਹੈ ਅਤੇ ਅੰਦਰੋਂ ਦਰਵਾਜ਼ਾ ਖੋਲ੍ਹਦਾ ਹੈ। ਉੱਥੇ ਹੀ ਪਤੀ ਪਤਨੀ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਉਹਨਾਂ ਦੀ ਮਾਰਕੁੱਟ ਕੀਤੀ ਗਈ। ਇਹ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ, ਜਿੱਥੇ ਪਤੀ ਪਤਨੀ ਨੂੰ ਅਗਵਾ ਕੀਤਾ ਗਿਆ ਹੈ ਉੱਥੇ ਹੀ ਪਤਨੀ ਦੇ ਪਰਸ ਵੀ ਕੋਠੀ ਦੇ ਅੰਦਰੋਂ ਲਿਆ ਕੇ ਗੱਡੀ ਵਿੱਚ ਸੁੱਟੇ ਗਏ ਹਨ। ਘਰ ਵਿੱਚ ਜਿੱਥੇ 3 ਸਿਕਿਉਰਿਟੀ ਗਾਰਡ ਸਨ ਪਰ ਉਸ ਸਮੇਂ ਕੋਈ ਵੀ ਮੌਜੂਦ ਨਹੀਂ ਸੀ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਸ ਤਰ੍ਹਾਂ ਜੀ, ਇਹ 15 ਕੁ ਦਿਨ ਪਹਿਲਾਂ ਵੀ ਇੱਥੇ ਮਤਲਬ ਚੋਰੀ ਹੋਈ ਸੀ ਰਾਤ ਦੇ 12:30 ਵਜੇ। ਇਹ ਵੀ ਉਹ ਬੰਦੇ ਦਾ ਥੋੜ੍ਹਾ ਬਹੁਤਾ ਪਤਾ ਲੱਗ ਗਿਆ ਸੀ ਅਤੇ ਵਿੱਚੋਂ ਸੀ ਬੰਦੇ, ਇਹਨਾਂ ਤੋਂ ਪਤਾ ਲੱਗਾ। ਉਹਨਾਂ ਨਾਲ ਇਹਨਾਂ ਦਾ ਕੋਈ ਸਮਝੌਤਾ ਹੁਣ ਚੱਲਦਾ ਸੀ ਪੈਸੇ ਦੀ ਲੈਣ ਦੇਣ ਨਾਲ, ਉਹ ਲੈਣ ਦੇਣ ਦੇ ਨਾਲ ਇੱਦਾਂ ਦਾ ਪਤਾ ਨਹੀਂ ਇਹਨਾਂ ਦਾ ਕੋਈ ਆਪਸ ਵਿੱਚ ਟਕਰਾਵਬਾਜ਼ੀ ਹੋ ਗਈ ਪੈਸੇ ਦੇ ਲੈਣ ਦੇਣ 'ਚ। ਮੇਰੇ ਤਾਂ ਜੱਜਮੈਂਟ ਇਹ ਕਹਿੰਦੀ ਵੀ ਉਹ ਦੁਬਾਰਾ ਬੰਦੇ ਫੇਰ ਆ ਗਏ। ਵਾਰਦਾਤ ਤਾਂ ਕੋਈ 1:30 ਵਜੇ ਦੀ ਹੈ, ਸਾਨੂੰ ਕੋਈ 2 ਵਜੇ ਟੈਲੀਫੋਨ ਕੀਤਾ ਆਲੇ ਦੁਆਲੇ ਗੁਆਂਢੀਆਂ ਨੇ ਕਿ ਤੁਹਾਡੇ ਘਰ ਇੱਦਾਂ ਤਾਂ ਫਿਰ ਉਹ ਬਦਮਾਸ਼ ਆ ਗਏ ਸੀ ਚੋਰਾਂ ਦੇ ਰੂਪ ਦੇ ਵਿੱਚ। 2 ਨਿਹੰਗ ਸੀ, ਬਾਕੀ 7-8 ਬੰਦੇ ਸਿਵਲ ਸੀ ਅਤੇ 2 ਗੱਡੀਆਂ ਸੀ ਇੱਥੇ ਕਿੱਥੇ ਖੜੀਆਂ, 2 ਪਿੱਛੇ ਵੀ ਖੜੀਆਂ ਸੀ। ਵੀ ਉਹ 15-20 ਮਿੰਟ 'ਚ ਆਪਣਾ ਸਾਰਾ ਕੰਮ ਕਰ ਗਿਆ ਅਤੇ ਜਿਹੜੇ ਉਹ ਕਿਰਾਏਦਾਰ ਸੀ ਡਾਕਟਰ ਅਤੇ ਉਹਦੀ ਵਾਈਫ ਉਹਨੂੰ ਵੀ ਨਾਲ ਹੀ ਲੈ ਗਿਆ ਮਾਰਕੁੱਟ। ਕੀ ਨਾਮ ਹੈ ਜਿਹਨਾਂ ਨੂੰ ਲੈ ਕੇ ਗਏ? ਅਤੇ ਉਹਦਾ ਬੰਦੇ ਦਾ ਨਾਮ ਸੋਨੂ ਆ, ਸੋਨੂ ਡਾਕਟਰ ਅਤੇ ਲੇਡੀ ਦਾ ਨਹੀਂ ਮੈਨੂੰ ਪਤਾ ਕੀ ਆ। ਉਹਨਾਂ ਨੂੰ ਕੁੱਟ ਮਾਰ ਕੇ ਨਾਲ ਹੀ ਲੈ ਗਏ? ਨਾਲ ਲੈ ਗਏ ਜੀ। ਘਰ ਦੇ ਵਿੱਚ ਤੋੜ ਫੋੜ ਵੀ ਕੀਤੀ ਗਈ ਹੈ? ਤੋੜ ਵੀ ਤਾਂ ਇੱਕ ਤਾਂ ਸਾਹਮਣਾ ਦਰਵਾਜ਼ਾ ਤੋੜਿਆ, ਇੱਕ ਬਾਥਰੂਮ ਦਾ ਦਰਵਾਜ਼ਾ ਤੋੜਿਆ, ਬਾਕੀ ਦੋਨਾਂ ਅਲਮਾਰੀਆਂ 'ਚ ਫੁੱਲ ਫਰਾਲੀ ਕੀਤੀ ਆ। ਇਹ ਨਹੀਂ ਸਾਨੂੰ ਪਤਾ ਹੁਣ ਕੀ ਲੈ ਗਿਆ ਕੀ ਨਹੀਂ ਲੈ ਗਿਆ, ਇਹ ਤਾਂ ਜਿਹੜਾ ਕਿਰਾਏਦਾਰ ਉਹ ਹੀ ਦੱਸੂਗਾ ਤੁਹਾਨੂੰ ਜਦੋਂ ਕਿਤੇ ਆ ਗਿਆ। ਇਹ ਕੋਠੀ ਕਿਰਾਏ 'ਤੇ ਦਿੱਤੀ ਸੀ ਤੁਸੀਂ ਇਹਨਾਂ ਨੂੰ? ਕਿਰਾਏ 'ਤੇ ਦਿੱਤੀ, 4 ਮਹੀਨੇ ਤੋਂ ਇੱਥੇ ਰਹਿ ਰਿਹਾ। ਫਿਰ ਡਾਕਟਰ ਸੀ, ਇਹਦੀਆਂ 3 ਲੈਬਾਂ ਸੀ, ਲੰਬੋਟੀਆਂ ਜਿਹਨਾਂ ਨੂੰ ਕਹਿੰਦੇ ਆ। ਇਹ ਕਿਹੜੀ ਜਗ੍ਹਾ ਤੋਂ ਆਏ ਸੀ ਇੰਨਾ ਕੁਛ? ਇਹ ਬਟਾਲੇ ਤੋਂ ਆਏ ਸੀ, ਬਟਾਲੇ। ਕੋਈ ਇੱਦਾਂ ਪੈਸੇ ਲੈਣ ਦਾ ਮਾਮਲਾ ਲੱਗਦਾ ਇਹ ਮੈਨੂੰ ਤਾਂ ਪੈਸੇ ਦਾ ਕੋਈ ਮਾਮਲਾ ਲੱਗਦਾ, ਕਿਉਂ ਪਹਿਲਾਂ ਇਹਨਾਂ ਦੀ ਇੱਥੋਂ ਚੋਰੀ ਕਰ ਲਿਆ ਸੀ 3 ਲੱਖ ਰੁਪਈਆ ਅਤੇ 5 ਤੋਲੇ ਸੋਨਾ ਕਹਿੰਦੇ ਸੀ। ਫਿਰ ਇਹਨਾਂ ਦਾ ਕੰਪਰੋਮਾਈਜ਼ ਜਿਹਾ ਹੋ ਗਿਆ ਵੀ ਇਹ ਬੰਦੇ ਇਹਨਾਂ ਦੇ ਜਾਣਛੀਣ ਸੀ। ਫਿਰ ਉਹਨਾਂ ਨੂੰ ਫੋਨ ਕੀਤੇ ਅਤੇ SHO ਸਾਹਿਬ ਨੂੰ ਵੀ ਦੱਸਿਆ ਸੀ। SHO ਸਾਹਿਬ ਉਹਨੇ ਕਿਹਾ ਵੀ ਬੰਦੇ ਤੁਹਾਡੇ ਵਿਚਲੇ ਹੀ ਆ, ਕੋਈ ਤੁਹਾਡੇ ਭੇਤੀ ਆ, ਕਿਸੇ ਨੇ ਕੀ ਪਤਾ ਤੁਹਾਡੇ ਘਰ ਕੀ ਪਿਆ। ਫਿਰ ਉਹਨਾਂ ਨੂੰ ਫੋਨ ਕੀਤੇ ਤਾਂ ਉਹ ਫਿਰ ਮੰਨ ਗਏ, ਐਗਰੀ ਹੋ ਗਏ ਕਿ ਠੀਕ ਆ। ਕਾਫੀ ਰਾਤ ਨੂੰ ਪੁਲਿਸ ਮੌਕੇ ਤੇ ਆਈ ਹੈ, ਪੁਲਿਸ ਨੂੰ ਹੁਣ ਪਤਾ ਲੱਗਾ ਸੀ, ਹੁਣ ਉਹਨਾਂ ਦਾ ਕੁਛ ਪਤਾ ਲੱਗਾ ਜਿਹੜੇ ਇੱਥੋਂ ਲੈ ਕੇ ਗਏ ਸੀ ਉਹਨੂੰ ਕਿਡਨੈਪ ਕਰਕੇ ਲੈ ਕੇ ਗਏ, ਹੁਣ ਤੱਕ ਸਾਹਮਣੇ ਆਇਆ ਵੀ ਕਿੱਥੇ ਉਹ? ਨਹੀਂ ਉਹਦਾ ਕੋਈ ਪਤਾ ਨਹੀਂ, ਉਹਦੇ ਫੋਨ ਸੀਗੇ ਮੇਰੇ ਕੋਲ, ਵਾਈਫ ਦਾ ਵੀ, ਮੈਂ 3 ਫੋਨਾਂ 'ਤੇ ਕੋਸ਼ਿਸ਼ ਕੀਤੀ 2:30-3 ਵਜੇ, ਉਹ ਕੋਈ ਵੀ ਨਹੀਂ ਲੱਗਿਆ। ਉਹਦੇ ਗੈਂਗ ਜਿਹੜੇ ਸੀ ਬੌਕਸਰ ਉਹ ਵੀ ਫੋਨ ਲਗਾ ਲਿਆ, ਕੋਈ ਫੋਨ ਚੱਕ ਨਹੀਂ ਰਿਹਾ, ਬੰਦ ਕੀਤੇ ਫੋਨ। ਤਾਂ ਜੀ ਇਹ ਨਾ ਇੱਕ ਗੱਲ ਹੋਈ ਹੈ, ਵੀਰ ਆਪਣਾ ਕੋਈ ਉਧਰੋਂ ਆਉਂਦਾ ਸੀਗਾ, ਉਹਦੇ ਪਿੱਛੇ ਬੰਦੇ ਲੱਗ ਗਏ ਸੀਗੇ, ਉਹਦੇ ਪਿੱਛੇ ਬੰਦੇ ਲੱਗ ਗਏ ਤੂੰ ਉਹਨਾਂ ਨਾਲ ਕਿਤੇ ਸਟੇਅ ਲੈ ਲਈ ਹੋਟਲ 'ਚ, ਉਹਨੇ ਹੋਟਲ ਵਾਲੇ ਨਾਲ ਗੱਲ ਕੀਤੀ ਵੀ ਸਾਨੂੰ ਇੱਥੇ ਮਤਲਬ ਪਰਸਨਲ ਸਕਿਉਰਟੀ ਮਿਲ ਜੇ ਕੋਈ, ਵੀ ਜਿਹੜਾ ਅਸੀਂ ਬਚ ਜਾਈਏ। ਅਤੇ ਉਹਨਾਂ ਨੇ ਦੇ ਦਿੱਤਾ ਹੈਪੀ ਦਾ ਨੰਬਰ, ਹੈਪੀ ਮੁੰਡਾ ਕੀ ਕਿਹੜੀ ਚਲਾਉਂਦਾ? ਓਜਲਾ ਬੌਂਸਰ ਸਕਿਉਰਟੀ ਉਹ ਚਲਾਉਂਦਾ, ਉਹ ਇਹਨਾਂ ਜੁੜ ਗਿਆ ਬੰਦੇ ਨਾਲ, ਉਹਨਾਂ ਨੇ ਫਿਰ ਇਹਨਾਂ ਨੂੰ ਸੱਦ ਲਏ, ਜੌਨ ਵੀਰ ਉਹਨਾਂ ਨੂੰ ਇਹਨਾਂ ਨੂੰ ਸੱਦ ਲਏ। ਫਿਰ ਇਹਨਾਂ ਨੇ ਕੀ ਕੀਤਾ, ਮੈਨੂੰ ਉਹਨਾਂ ਨੇ ਸੱਦਿਆ ਵੀ ਕਹਿੰਦੇ ਟੋਨੀ ਭਾਅ ਵੀ ਸਾਨੂੰ ਨਿਹੰਗ ਸਿੰਘ ਧਮਕੀਆਂ ਦਿੰਦੇ ਆ ਕਰਦੇ ਆ। ਮੈਂ ਫਿਰ ਪਹੁੰਚਿਆ ਉੱਥੇ, ਮੈਂ ਗੱਲ ਕੀਤੀ ਉਹਨਾਂ ਨਾਲ ਵੀ, ਉਹ ਕਹਿੰਦੇ ਅਸੀਂ ਪੈਸੇ ਲੈ ਕੇ ਛੱਡਣੇ ਜੋ ਮਰਜ਼ੀ ਹੋ ਜੇ। ਅੱਜ ਨਿਹੰਗ ਸਿੰਘ ਜਿਹੜੇ ਉਹਦੇ ਘਰ ਚਲੇ ਗਏ ਆ, ਉਹਨਾਂ ਨੂੰ ਕਿਡਨੈਪ ਕਰਕੇ ਲੈ ਗਏ, ਉਹ ਸਾਰੀ ਵੀਡੀਓ ਆਈ ਆ।
ਨਿਹੰਗ ਸਿੰਘਾਂ ਨੇ ਮੂੰਹ ਬੰਨੇ ਆ ਸਾਰਿਆਂ ਨੇ ਅਤੇ ਉਹ ਆਏ ਬਟਾਲੇ ਤੋਂ ਆ ਸਾਰੇ ਅਤੇ ਇਹ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡਾ ਵਧੀਆ ਤਰੀਕੇ ਨਾਲ ਸੁਣਵਾਈ ਕੀਤੀ ਜਾਵੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਕਿਡਨੈਪ ਕਰਕੇ ਕਿਹਨਾਂ ਨੂੰ ਲੈ ਗਏ ਆ ਇਹ ਲੈ ਗਿਆ ਮੁੰਡਾ ਸੋਨੂ ਆ ਅਤੇ ਉਹਦੀ ਵਾਈਫ ਹੈ ਕੀ ਨਾ ਜੋਤੀ ਉਹਦੀ ਵਾਈਫ ਆ ਉਹਨਾਂ ਦੋਨਾਂ ਨੂੰ ਕਿਡਨੈਪ ਕਰ ਲਿਆ ਉਹਨਾਂ ਨੂੰ ਲੈ ਗਿਆ ਕਰਨ ਵਾਲੇ ਕਿਡਨੈਪ ਕੌਣ ਆ ਉਹ ਹੈਗੇ ਜੀ ਜਿਹਨਾਂ ਨੇ ਪੈਸੇ ਇਹਨਾਂ ਦੇ ਚੋਰੀ ਕੀਤੇ ਇੱਥੋਂ ਇਹਨਾਂ ਕੋਲ ਰਹਿੰਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਹੈ 30 ਤਰੀਕ ਦੀ ਇਹਨਾਂ ਕੋਲੋਂ ਚੋਰੀ ਕਰਕੇ ਲੈ ਗਏ ਆ ਉਹੀ ਪੈਸੇ ਉਹ ਲੈ ਕੇ ਅਤੇ ਮੁੜ ਕੇ ਉਹਨਾਂ ਨੇ ਜਾ ਕੇ ਨਿਹੰਗਾਂ ਚਾੜਦੇ ਆ ਨਾਲ ਬੰਦੇ ਆਏ ਆ ਦੋ ਗੱਡੀਆਂ ਆਈਆਂ ਫੋਟੋਆਂ ਚੜੀਆਂ ਵੀਡੀਓ ਆਈਆਂ ਪੂਰੀਆਂ ਉਹ ਲੈ ਕੇ ਉਹਨਾਂ ਨੂੰ ਚਲੇ ਗਏ ਆ ਮਾਰਤੇ ਆ ਰੱਖੇ ਆ ਪਤਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਜਿਹੜੇ ਸਲਾਮਤੀ ਘਰ ਹੁਣ ਬ੍ਰਦਰ ਕਿੰਨੇ ਲੋਕ ਸੀ ਉਹ ਕਾਹਤੇ ਆਏ ਸੀ ਵੀ ਜਿਹੜੇ ਉਹ ਦੋ ਗੱਡੀਆਂ ਤੇ ਆਏ ਸੀ ਤੁਸੀਂ ਲੋਕ ਕਿੰਨੇ ਸੀ ਤੁਹਾਡੀ ਮੌਜੂਦਗੀ 'ਚ ਉਹ ਦੋ ਜਣਿਆਂ ਨੂੰ ਲੈ ਗਏ ਮੈਂ ਤੁਹਾਨੂੰ ਦੱਸਦਾ ਜੀ ਉਹ ਅਸੀਂ ਜਦੋਂ ਆਏ ਅਸੀਂ ਉਹਨੂੰ ਲਾਇਆ ਉਹਨੇ ਇੱਕ ਗੱਲ ਕਹੀ ਆ ਵੀ ਕਹਿੰਦਾ ਤੁਸੀਂ ਜਾਓ ਭਾਅ ਜੀ ਸਮਾਨ ਲੈ ਕੇ ਆਇਓ ਵੀ ਸਾਨੂੰ ਨਾ ਮੈਨੂੰ ਪਰਸਨਲ ਗੱਲ ਕਰਨ ਤੋਂ ਸ਼ਾਇਦ ਮੇਰਾ ਨਿਬੜ ਜੇ ਮੈਂ ਕਿਹਾ ਠੀਕ ਹੈ ਵੀਰ ਮੈਂ ਤਾਂ ਅੱਜ ਪਹਿਲੇ ਦਿਨ ਆਇਆ ਸੀਗਾ ਅਤੇ ਇਹ ਬੰਦੇ ਪਹਿਲਾਂ ਦੇ ਬਾਊਂਸਰ ਆ ਉਹਦੇ ਨਾਲ ਜੁੜੇ ਅਤੇ ਉਹ ਮੈਨੂੰ ਕਹਿੰਦਾ ਭਾਅ ਜੀ ਤੂੰ ਜਾ ਸਮਾਨ ਲਿਆ ਜਾ ਕੇ ਅਤੇ ਮੈਂ ਆਪੇ ਨਿਬੇੜਦਾ ਉਸ ਤੋਂ ਬਾਅਦ ਅਸੀਂ ਡੇਢ ਕੁ ਘੰਟੇ ਬਾਅਦ ਕਾਲ ਕੀਤੀ ਉਹ ਕਹਿੰਦਾ ਮੈਂ ਕਾਲ ਕਰੂੰਗਾ ਤਾਂ ਤੁਸੀਂ ਵਾਪਸ ਆਇਓ ਅਸੀਂ ਕਾਲ ਕੀਤੀ ਉਹਨੇ ਫੋਨ ਕੱਟਤਾ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਕਾਲ ਕੀਤੀ ਉਹ ਬੰਦੇ ਨੇ ਫੋਨ ਸਵਿੱਚ ਔਫ ਕਰ ਲਿਆ ਅਸੀਂ ਉੱਥੋਂ ਤੁਰੇ ਜਦੋਂ ਆਏ ਘਰ ਅਸੀਂ ਚੈੱਕ ਕੀਤਾ ਤਾਂ ਜਾਂਦੇ ਨੂੰ ਖੂਨ ਡੁੱਲਿਆ ਹੋਇਆ ਸੀ ਉਹਨਾਂ ਦਾ ਖੂਨ ਕਾਫੀ ਵਗਿਆ ਸੀ ਤਾਂ ਰੂਮ ਦਾ ਦਰਵਾਜ਼ਾ ਟੁੱਟਾਈ ਬਾਥਰੂਮ ਦਾ ਦਰਵਾਜ਼ਾ ਟੁੱਟਾਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਾਲ ਕੀਤੀ ਮਤਲਬ ਤੁਹਾਡੀ ਮੌਜੂਦਗੀ 'ਚ ਲੈ ਗਏ ਉਹਨਾਂ ਨੂੰ ਮੌਜੂਦਗੀ ਤੋਂ ਬਾਅਦ ਸਾਡੀ ਮੌਜੂਦਗੀ ਤੋਂ ਬਾਅਦ ਮੌਜੂਦਗੀ ਤੋਂ ਬਾਅਦ ਬਾਅਦ ਕਿੰਨੇ ਲੋਕ ਤਿੰਨ ਦੋ ਲੋਕਾਂ ਨੂੰ ਲੈ ਗਏ ਉਹ ਦੋਵਾਂ ਨੂੰ ਲੈ ਗਏ ਜੀ ਵਾਈਫ ਨੂੰ ਤੇ ਹਸਬੈਂਡ ਕੀ ਲੱਗਦਾ ਜੀ ਮੌਕੇ ਤੋਂ ਸੱਟਾਂ ਸੁੱਟਾਂ ਲੱਗੀਆਂ ਲੱਗਦੀਆਂ ਸੀ ਜ਼ਿਆਦਾ ਲੱਗੀਆਂ ਜੀ ਖੂਨ ਖਾਨ ਵਾਲਾ ਡੁੱਲਿਆ ਹੋਇਆ ਸੀ ਅਤੇ ਜਿਹੜੀ ਪੁਲਿਸ ਕੋਲ ਹੈ ਜਿਹੜੀ ਹੈ ਉਹ ਫੋਟੋਆਂ ਆਈਆਂ ਹੋਈਆਂ ਵੀਡੀਓ ਆਈਆਂ ਹੋਈਆਂ ਸਾਰੀਆਂ ਇੱਥੇ ਪਰਮ ਨਗਰ ਖੋਥੜਾ ਰੋਡ 'ਤੇ ਸਾਨੂੰ ਥੋੜ੍ਹੀ ਦੇਰ ਪਹਿਲਾਂ ਇੱਕ ਇੰਟੀਮੇਸ਼ਨ ਆਈ ਸੀ ਕਿ ਇੱਥੋਂ ਕਿਸੇ ਨੂੰ ਕੋਈ ਅਣਪਛਾਤੇ ਵਿਅਕਤੀ ਸੋਨੂ ਨਾਮ ਦਾ ਕੋਈ ਵਿਅਕਤੀ ਇੱਥੇ ਰਹਿ ਰਿਹਾ ਸੀਗਾ ਉਹਨੂੰ ਕੋਈ ਅਣਪਛਾਤੇ ਵਿਅਕਤੀ ਕਿਡਨੈਪ ਕਰਕੇ ਲੈ ਗਏ ਆ ਜੋ ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ ਅਤੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿੰਨੇ ਕੁ ਬੰਦੇ ਸੀ ਜਿਹੜਾ ਕਿਡਨੈਪ ਕਰਕੇ ਲੈ ਗਏ ਇਹ ਅਸੀਂ ਉਹਨਾਂ ਦਾ ਇੱਕ ਬਾਊਂਸਰ ਦੀ ਸਟੇਟਮੈਂਟ ਦੇ ਮੁਤਾਬਕ ਉਹਨੇ ਦੱਸਿਆ ਕਿ 5-6 ਵਿਅਕਤੀ ਜਿਹੜੇ ਉਹਨੇ CCTV ਕੈਮਰੇ 'ਚ ਦੇਖੇ ਆ ਆਣ ਕੇ ਕਿ ਜਿਹੜੇ ਉਸਦੇ ਮਾਲਕ ਨੂੰ ਜਦੋਂ ਉਹ ਇੱਥੋਂ ਜਾ ਇਹਦਾ ਬਾਊਂਸਰ ਇੱਥੋਂ ਗਿਆ ਅਤੇ ਉਹਦੇ ਜਾਣ ਤੋਂ ਬਾਅਦ ਉਹਦੇ ਮਾਲਕ ਨੂੰ ਇਹ 5-6 ਵਿਅਕਤੀ ਆ ਅਤੇ ਉਹ ਲੈ ਗਏ ਆ ਕਿੰਨੇ ਲੋਕ ਕਿਡਨੈਪ ਕੀਤੇ ਗਏ ਆ ਇੱਕ ਸੋਨੂ ਅਤੇ ਉਹਦੀ ਵਾਈਫ ਜੋਤੀ ਇਹਨਾਂ ਦੋਨਾਂ ਨੂੰ ਕਿਡਨੈਪ SHO ਸਾਹਿਬ ਇਹ ਦੱਸਿਓ ਜਿਹੜੇ ਕਿਡਨੈਪ ਕਰਨ ਆਏ ਸੀ ਉਹ ਕਿਹੜੇ ਏਰੀਏ ਤੋਂ ਆਏ ਸੀ ਉਹ ਸਾਹਮਣੇ ਆਏ ਉਹਨਾਂ ਨੂੰ ਦੱਸਿਆ ਬਾਊਂਸਰਾਂ ਨੇ ਨਹੀਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਹਜੇ ਕਿ ਕੌਣ ਵਿਅਕਤੀ ਸੀਗੇ ਕਿਉਂਕਿ ਇਹਨਾਂ ਦੇ ਵੀ ਨੰਬਰ ਬੰਦ ਆ ਰਹੇ ਆ ਅਤੇ ਉਹਨਾਂ ਦੇ ਬਾਊਂਸਰਾਂ ਨੂੰ ਵੀ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਹੈਗੀ ਸੁਣ 'ਚ ਆਇਆ ਵੀ ਉਹ ਨਿਹੰਗ ਸਿੰਘ ਕਾਫੀ ਮਾਤਰਾ ਦੇ ਵਿੱਚ ਆਏ ਹੋਏ ਸੀ ਕੋਈ ਹਾਂਜੀ ਉਹ CCTV ਫੁਟੇਜ ਜੋ ਅਸੀਂ ਚੈੱਕ ਕਰ ਰਹੇ ਹਾਂ ਅਤੇ ਉਹਦੇ ਮੁਤਾਬਕ ਤੇ ਕੁਛ ਨਿਹੰਗ ਸਿੰਘ ਆ ਅਤੇ ਕੁਝ ਉੱਦਾਂ ਵਿਅਕਤੀ ਆ ਜਿਹੜੇ ਉਹਨਾਂ ਨੇ ਮੂੰਹ ਬੰਨੇ ਹੋਏ ਆ ਜਿਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਦੇ ਬਾਊਂਸਰ ਵਿਵੇਕ ਕੁਮਾਰ ਦੇ ਬਿਆਨ 'ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਬਾਊਂਸਰ ਨੇ ਦੱਸਿਆ ਜੀ ਕੁਛ ਕੋਈ ਪੈਸਿਆਂ ਨਾਲ ਲੈਣ ਦੇਣ ਦਾ ਮਾਮਲਾ ਜਿਹੜਾ ਵੀ ਇੱਦਾਂ ਦੀ ਇੰਨੀ ਧੱਕਾਸ਼ਾਹੀ ਕੀਤੀ ਗਈ ਉਹਨੂੰ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਗੱਲ ਅਤੇ ਹੋ ਸਕਦਾ ਇਹ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਹੋਵੇ ਅਤੇ ਇਹ ਫੈਕਟ ਦੇ ਮੁਤਾਬਕ ਜੋ ਵੀ ਹੋਊਗਾ ਇਸ ਵਿੱਚ ਕਿਹੜੇ ਏਰੀਏ 'ਚੋਂ ਵਿਅਕਤੀ ਆਏ ਹੋਏ ਸੀ ਜਿਹੜੇ ਲੈ ਕੇ ਗਏ ਇਹਨਾਂ ਨੂੰ ਦੋ ਜਣਿਆਂ ਨੂੰ ਪਤਾ ਲੱਗਾ ਕੋਈ ਉਹ ਤੱਕ ਇਹਨਾਂ ਦੱਸਣ ਦੇ ਮੁਤਾਬਕ ਇੱਕ ਵਿਅਕਤੀ ਦਾ ਨਾਮ ਇਹਨਾਂ ਨੂੰ ਪਤਾ ਸੀਗਾ ਸ਼ੇਰਾ ਨਾਮ ਲੈ ਰਹੇ ਆ ਉਹ ਬਟਾਲਾ ਦਾ ਰਹਿਣ ਵਾਲਾ ਆ ਅਤੇ ਹੋ ਸਕਦਾ ਬਾਕੀ ਵੀ ਬੰਦੇ ਜਿਹੜੇ ਸਾਰੇ ਉਹਨਾਂ ਦੇ ਸਾਥੀ ਉੱਥੋਂ ਦੇ ਹੀ ਰਹਿਣ ਵਾਲੇ ਹੋਣ ਕੀ ਲੱਗਦਾ ਆਪਾਂ ਨੂੰ ਇਹ ਬਟਾਲੇ ਵਾਲੇ ਸਾਈਡ ਨੂੰ ਲੈ ਗਏ ਉਹਨਾਂ ਨੂੰ ਇਹ ਤਾਂ ਹੁਣ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਪਤਾ ਲੱਗੂ